ਪੌਰ ਪੌਰ ਕੇ ਗਲਾਸ ਪੀਓ, ਪੌਰ ਪੌਰ ਕੇ ਮਸਾਲਾ ਪਾ ਕੇ ਸੋਡਾ ਪੀਓ, ਉੱਟੀ ਚੱਕਰ ਵਾਸਤੇ ਘਬਰੇਟਾ ਬੰਨ ਕੇ ਆ, ਸਾਰੇ ਨੇ ਪੀਤਾ ਠਾਂ ਟਿੱਪ। ਜਿੱਦਾਂ ਸੰਗਤਾਂ ਦੀ, ਬਾਹਰੋਂ ਸੰਗਤਾਂ ਦੀ, ਫੋਰਨਰ ਜਿੱਦਾਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ, ਜਿੱਦਾਂ ਮੈਂ ਪਹਿਲਾਂ ਔਰੇਂਜ ਜੂਸ ਵੀ ਵੇਚਦਾ ਸੀਗਾ, ਉਹ ਆਪਸ ਵਿੱਚ ਬੋਲਦੇ ਸੀਗੇ ਡਿਸ ਇਜ਼ ਔਰੇਂਜ। ਅੱਛਾ, ਮੈਂ ਸਮਝ ਗਿਆ ਡਿਸ ਇਜ਼ ਕੀ ਹੁੰਦਾ, ਕੀ ਹੁੰਦਾ। ਅੱਛਾ, ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਕੀਰਤਪੁਰ ਸ਼ਹਿਰ ਦੇ ਕੋਲ ਜਿਹੜਾ ਮਨਾਲੀ ਨੂੰ ਰਾਹ ਜਾਂਦਾ ਉਸ ਪੁਲ ਦੇ ਥੱਲੇ ਖੜ੍ਹੇ ਹਾਂ। ਮੇਰੇ ਪਿੱਛੇ ਤੁਸੀਂ ਵੇਖੋਗੇ ਵੀਰ ਸੁਰਿੰਦਰ, ਗੈਸ ਪੂਰੀ 20% ਗੈਸ ਪੂਰੀ, 7-Up ਦਾ ਟੇਸਟ, ਠੰਡ ਪਾ, ਰੀਲਾਂ 'ਤੇ, ਸ਼ਾਰਟਸ 'ਤੇ, ਯੂਟਿਊਬ ਵੀਡੀਓ 'ਤੇ ਸਾਰੇ ਡਾਇਲੋਗ ਹਰੇਕ ਨੇ ਸੁਣੇ ਨੇ। ਅਤੇ ਅੱਜ ਵੀਰ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਟੈਲੈਂਟ ਕਿਵੇਂ ਉਹਨਾਂ ਨੇ ਆਪਣੇ ਆਪ ਦੇ ਵਿੱਚ ਪੈਦਾ ਕੀਤਾ ਅਤੇ ਕੀ ਸਟੋਰੀ ਰਹੀ ਹੈ ਵੀਰ ਦੀ, ਅੱਜ ਕੱਲ੍ਹ ਕੀ ਕਰਦਾ ਵੀਰ, ਆਓ ਗੱਲਬਾਤ ਕਰੀਏ ਵੀਰ ਸੁਰਿੰਦਰ ਠੰਡ ਪਾ ਦੇ ਨਾਲ। ਸਿਆਲ ਦੇ ਦਿਨਾਂ 'ਚ ਵੀ ਚੱਲੀ ਜਾਂਦਾ ਕੰਮ ਵੀਰ? ਨਿਬਣ ਚੜਨ ਤੋਂ ਬਾਅਦ ਬੋਲੂਗਾ। ਬਾਕੀ ਨਿੰਬੂ ਬਾਅਦ ਵਿੱਚ ਪਾਉਂਗਾ, ਨਿੰਬੂ ਸਟਰਮਿਕ ਸਟੱਡ ਸੋਡਾ ਬਾਅਦ, ਦੇਸੀ ਸਪਾਟਰ ਮਸਾਲਾ ਪਾ ਕੇ ਸੋਡਾ, ਪਿਪਲੇ ਕੁਨ ਪਾ ਕੇ ਦੇਸੀ ਸਕਾਲਾ ਨਮ ਬਲੈਕ ਸੋਲ। ਵਾਹ ਜੀ ਵਾਹ, ਲਿਮਕ ਦਰਪ ਕੋਕ ਦਾ ਟੇਸਟ, 7-Up ਦਾ ਟੇਸਟ, ਮੋਰਿੰਟਾ ਸ਼ਰਬਤ ਪਾਕਿਸਤਾਨ ਚ ਵੀ ਖੱਟੀ ਯਾਰ ਮਿੱਟੀ ਮਿੱਟੀ ਖਾਤੀ, ਡੀਸੀ ਸਟੱਟ ਡੀਸੀ ਮਿੱਟੀ ਖੱਟੀ ਯਾਰ ਮਿੱਟੀ ਮਿੱਟੀ ਖਾਤੀ, ਸੋਚ ਵੀ ਪਾਰ ਪਾਰ ਕੇ ਗਲਾਸ ਪੀਓ, ਪਾਰ ਪਾਰ ਕੇ ਮਸਾਲਾ ਪਾ ਕੇ ਸੋਡਾ ਪੀਓ, ਉੱਟੀ ਚੱਕਰ ਵਾਸਤੇ ਘਬਰੇਟਾ ਬੰਨ ਕੇ ਆ, ਸਾਰੇ ਨੇ ਪੀਤਾ ਠਾਂ ਟਿੱਪ। ਸਟਾਰਟਿੰਗ ਗੁਰਦੁਆਰਾ ਬਾਬਾ ਗੱਤੇ ਤੋਂ ਹੋਈ ਸੀਗੀ। ਅੱਛਾ ਜੀ, ਮੇਰੇ ਡੈਡੀ ਜੀ ਲਾਉਂਦੇ ਹੁੰਦੇ ਸੀਗੇ 2001 ਵਿੱਚ। ਅੱਛਾ ਜੀ, ਹਾਂਜੀ, ਦੋ ਫਿਰ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ। 23-24 ਸਾਲ ਹੋ ਗਏ। ਹਾਂਜੀ, 2001 ਤੋਂ ਲੈ ਕੇ 2016 ਤੱਕ ਉੱਪਰ ਲਾਉਂਦੇ ਸੀ, ਉੱਪਰ ਲਾਉਂਦੇ ਸੀ, ਠੀਕ ਹੈ। ਹਾਂਜੀ, ਤਕਰੀਬਨ ਡੈਡੀ ਦੀ ਐਕਸ ਨੂੰ 20 ਸਾਲ ਹੋ ਗਏ ਸੀਗੇ। ਅੱਛਾ ਜੀ, ਫਿਰ ਐਕਸੀਡੈਂਟ ਹੋਣ ਤੋਂ ਬਾਅਦ ਡੈਡੀ ਬਿਮਾਰ ਹੋ ਗਏ, ਠੀਕ ਹੈ। ਫਿਰ ਉਸੇ ਮਹੀਨੇ ਆਪਣੀਆਂ ਭੈਣਾਂ ਦਾ ਵਿਆਹ ਰੱਖਿਆ ਸੀਗਾ ਸਿਸਟਰ ਦਾ। ਅੱਛਾ ਜੀ, ਫਿਰ ਖਰਚਾ ਸਾਰਾ ਰੇਡੀ ਪਰ ਤੇ ਚੱਲਦਾ ਦਾ। ਵਾਹ ਜੀ ਵਾਹ, ਮੈਂ ਕਿਤੇ ਜੌਬ ਕਰਦਾ ਸੀਗਾ, TVS ਮੋਟਰ ਕੰਪਨੀ। ਅੱਛਾ ਜੀ, ਸਟਾਰ ਸਿਟੀ। ਵਾਹ ਜੀ ਵਾਹ, 2000 ਕੁਛ ਦੀ ਗੱਲ ਹੈ, 2004 ਦੀ ਖਰੇ 5 ਦੀ ਗੱਲ ਹੈ। ਓਕੇ, ਜਦ ਮੈਂ ਜੌਬ ਕਰਦਾ ਸੀਗਾ। ਅੱਛਾ ਜੀ, ਫਿਰ ਮੈਨੂੰ ਉਹ ਜੌਬ ਛੱਡਣੀ ਪਈ। ਅੱਛਾ ਜੀ, ਕਿਉਂਕਿ ਸਾਰਾ ਖਰਚਾ ਰੇੜੀ ਪਰ ਤੇ ਚੱਲਦਾ ਸੀਗਾ। ਫਿਰ ਡੈਡੀ ਜੀ ਬਿਮਾਰ ਹੋ ਗਏ, ਸੰਭਾਲ ਲੈਣਾ ਕੋਈ ਫਿਰ ਮੈਂ ਹੀ ਸੀਗਾ। ਠੀਕ ਹੈ, ਮੰਮੀ ਡੈਡੀ ਤੁਸੀਂ ਯਾਨੀ ਕਿ ਘਰ ਦਾ ਆਪਣਾ ਕੀਤਾ ਜਿਹੜਾ। ਹਾਂ ਜੀ, ਉਸ ਨੂੰ ਅੱਗੇ ਫਿਰ ਇਸ ਕਰਕੇ ਮੈਂ ਜਦ ਫੇਮਸ ਨਹੀਂ ਦਾ ਨਾਲ ਮੈਨੂੰ ਇੰਨੇ ਟੈਲੈਂਟ ਆਉਂਦੇ ਸੀਗੇ। ਬਿਲਕੁਲ ਬਿਲਕੁਲ, ਫਿਰ ਉਸ ਤੋਂ ਬਾਅਦ ਮੈਂ ਡੈਡੀ ਨੇ ਹੈਲਪ ਕਰਾਉਣ ਲੱਗ ਗਿਆ। ਉੱਪਰ ਡੈਡੀ ਜੀ ਕਹਿੰਦੇ, ਮੈਂ ਡੈਡੀ ਤੁਸੀਂ ਘਰਾਂ ਬੈਠੋ, ਹਾਂਜੀ, ਵੀ ਇਹ ਕੰਮ ਹੁਣ ਮੈਂ ਸੰਭਾਲਦਾ ਹਾਂ। ਠੀਕ ਹੈ, ਮੈਂ ਆਪਣਾ ਜੋਬ ਛੱਡਤੀ, ਕੰਮ ਛੱਡਤਾ। ਫਿਰ 2-3 ਸਾਲ ਬਾਅਦ ਕੰਮ ਕੀਤਾ, ਪਰ ਕੁਦਰਤੀ ਮਨ ਵਿੱਚ ਕੁਛ ਆਇਆ, ਸਕੰਦਵੀ ਵਗੈਰਾ ਕੁਛ। ਐਕਚੁਅਲੀ ਜਿੱਦਾਂ ਸੰਗਤਾਂ ਦੀ, ਬਾਹਰੋਂ ਸੰਗਤਾਂ ਦੀ, ਫੋਰਨਰ ਜਿੱਦਾਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ, ਜਿੱਦਾਂ ਮੈਂ ਪਹਿਲਾਂ ਔਰੇਂਜ ਜੂਸ ਵੀ ਵੇਚਦਾ ਸੀਗਾ, ਉਹ ਆਪਸ ਵਿੱਚ ਬੋਲਦੇ ਸੀਗੇ ਡਿਸ ਇਜ਼ ਔਰੇਂਜ। ਅੱਛਾ, ਮੈਂ ਸਮਝ ਗਿਆ ਡਿਸ ਇਜ਼ ਕੀ ਹੁੰਦਾ, ਕੀ ਹੁੰਦਾ। ਅੱਛਾ, ਉੱਥੋਂ ਪਿਕ ਕੀਤੀ ਹੈ, ਉੱਥੋਂ ਪਿਕ ਹੋ ਗਈ ਮੇਰੇ ਤੇ। ਓਕੇ, ਮੇਰੇ ਮਨ ਵਿੱਚ ਕੋਈ ਫੀਲ ਆ ਗਿਆ ਵੀ ਮੈਂ ਹੌਲੀ ਹੌਲੀ ਨਾ ਹੌਲੀ ਹੌਲੀ ਮੈਨੂੰ ਐਕਸ਼ਨ ਆਉਣ ਲੱਗ ਗਏ, ਜਦ ਕਿ ਸਟਾਰਟਿੰਗ ਉੱਥੋਂ ਹੋਈ। ਸਟਾਰਟਿੰਗ ਉੱਥੋਂ ਹੀ, ਦਿਸ ਇਜ਼ ਰੱਬ ਦੀ ਕਿਰਪਾ ਨਾਲ ਟੇਸਟ ਹੈ ਨਾ। ਹਾਂਜੀ, ਉਹ ਸਾਰੀਆਂ ਚੀਜ਼ਾਂ ਰੱਬ ਦੀ ਕਿਰਪਾ ਨਾਲ, ਕਲਾ ਬਖਸ਼ਦੀ ਰੱਬ, ਕਲਾ ਬਖਸ਼ਦੀ। ਸੋਸ਼ਲ ਮੀਡੀਆ ਦੇ ਸਟਾਰ ਰਹੇ ਨੇ ਬਾਈ ਜੀ, ਚਾਹੇ ਉਹ ਇੰਸਟਾਗ੍ਰਾਮ ਦੀ ਰੀਲ ਹੋਵੇ, ਚਲੋ, ਚਾਹੇ ਕੋਈ ਯੂਟਿਊਬ ਦਾ, ਤੁਸੀਂ ਬਣਾਇਆ ਬਾਈ ਇਹ ਜਿਹੜਾ ਗਾਣਾ ਵੀਰ ਜੀ ਕਰਾਏ ਪਿੱਛੇ ਤੁਸੀਂ, ਉਹ ਵੀ? ਹਾਂਜੀ ਭਾਜੀ, ਉਹ ਅਨੰਦਪੁਰ ਦੇ ਬੰਦੇ, ਤੁਹਾਨੂੰ ਪਤਾ ਹੀ ਨਹੀਂ ਕਰਾਇਆ ਦਾ, ਤੁਸੀਂ ਜਾਣਦੇ ਹੀ ਹੋ। ਉਦੋਂ ਬਾਅਦ ਕੋਈ ਹੋਰ ਨਹੀਂ ਪ੍ਰੋਜੈਕਟ? ਨਹੀਂ, ਹੁਣ ਆਪਣੇ ਕੰਮ ਤੇ ਹੀ ਹੈ ਜੀ, ਕੰਮ ਤੇ ਹੀ ਹੈ ਜੀ। ਹਲੋ, ਲੋ ਵੀਰੇ,
ਕਿੰਨਾ ਚਿਰ ਹੋ ਗਿਆ ਵੀਰ ਜੀ ਕੰਮ? ਪੂਰੇ 8 ਸਾਲ ਹੋ ਗਏ। ਪਹਿਲਾਂ ਗੁਰਦੁਆਰੇ ਲਾਉਂਦਾ ਉੱਪਰ। ਕਿਹੜੇ ਪਾਸੇ? ਬਾਬਾ ਗੁਰਦੁਆਰੇ ਲਾਉਂਦਾ ਪਹਿਲਾਂ ਉੱਥੇ। 2016 ਵਿੱਚ ਉੱਪਰ ਦਾ। ਅੱਛਾ, ਤੁਸੀਂ ਮਤਲਬ ਕਿਵੇਂ ਸੁਣਿਆ ਸੀ ਵੀਰ ਜੀ ਬਾਰੇ ਅੱਜ ਇੱਥੇ? ਅਸੀਂ ਵੀਡੀਓ ਦੇਖਿਆ ਸੀ। ਵੀਡੀਓ ਦੇਖਦੇ ਰਹਿੰਦੇ ਸੀਗੇ ਤੇ ਬਹੁਤ ਹੀ ਪਿਆਰਾ ਪਹਿਲੇ ਟਾਈਮ ਤੋਂ ਹੀ ਜਦੋਂ ਬਾਈ ਦਾ ਗਾਣਾ ਆਇਆ ਉਦੋਂ ਤੋਂ ਬਹੁਤ ਮਨ ਨੂੰ ਹੋਇਆ ਵੀ ਇੱਕ ਟਾਈਮ ਜਾ ਕੇ ਜ਼ਰੂਰ ਮਿਲ ਕੇ ਤੇ ਸਾਡੇ ਯਾਰ ਮਿੱਤਰ ਜਿਵੇਂ ਬਾਹਰ ਹੈਗੇ ਆ ਟਰੱਕਾਂ ਟਰੁੱਕਾਂ ਤੇ, ਹਾਂਜੀ, ਉਹ ਇੰਨੇ ਖੁਸ਼ ਨੇ। ਆ ਹੁਣ ਮੈਂ ਵੀਡੀਓ ਲੈ ਕੇ ਚੱਲਿਆ ਸਪੈਸ਼ਲ ਹੁੰਡੀ ਬਣਾ ਕੇ, ਠੀਕ ਹੈ, ਤੇ ਉਹਨਾਂ ਨੂੰ ਭੇਜਣੀ ਆ। ਹਾਂਜੀ ਹਾਂ, ਮਤਲਬ ਵਧੀਆ ਆਪਣੇ ਕੰਮ ਨੂੰ ਪਿਆਰ ਕਰਨ ਦਾ ਕਿੰਨਾ ਵਧੀਆ ਤਰੀਕਾ। ਹਾਂਜੀ ਹਾਂਜੀ, ਚੀਜ਼ ਨੂੰ ਅੱਗੇ ਵਧਾ ਦਿੱਤਾ। ਹਾਂਜੀ ਹਾਂਜੀ, ਪੰਜਾਬੀ ਫਿਲਮ ਦੇ ਵਿੱਚ ਵੀ ਬਾਈ ਦਾ ਸੀਨ ਆ ਸਕਦਾ ਹੈ। ਗੁਰਦੁਆਰਾ ਸਾਹਿਬ ਹੈ ਤੇ ਕੋਈ ਵੀ ਬੰਦਾ ਜਿਹੜਾ ਨਾ ਇੱਥੇ ਰੋਕ ਕੇ ਲੰਘੇਗਾ, ਬਹੁਤ ਚੰਗਾ ਲੱਗਾ। ਪਰਮਾਤਮਾ ਰਾਜੀ ਰੱਖੇ, ਸਭ ਦਾ ਭਲਾ, ਤੰਦਰੁਸਤੀ ਰਹੇ ਤੁਹਾਡੀ ਤੇ ਤੁਸੀਂ ਚੜ੍ਹਦੀ ਕਲਾ ਚ।